ਨਿਊਜ਼ 9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਜੀਵ ਸ਼ਰਮਾ ਗੱਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਦੀ ਕਰੀਏ ਤਾਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਚਾਹੇ ਸਾਰੀ ਦੁਨੀਆ ਪੰਜਾਬੀਆਂ ਨੂੰ ਮਿਹਨਤਕਸ਼ ਅਤੇ ਇਮਾਨਦਾਰ ਸਮਝਦੀ ਹੈ ਪਰ ਲੱਗਦਾ ਹੈ ਕਿ ਸਾਡੀਆਂ ਹੀ ਸਿਆਸੀ ਤਿਰਾਂ ਇਸ ਗੱਲ ਨੂੰ ਮੰਨ ਕੇ ਰਾਜ਼ੀ ਨਹੀਂ ਹਲ ਜਿਸ ਦੀ ਇੱਕ ਝਲਕ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਵਾਅਦਾ ਕੀਤਾ ਗਿਆ ਕਿ ਸਾਡੀ ਸਰਕਾਰ ਬਣਨ ਤੇ ਪੰਜਾਬੀਆਂ ਨੂੰ 300 ਯੂਨਟ ਬਿਜਲੀ ਮਾਫ ਕੀਤੀ ਜਾਵੇਗੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਅਦਾ ਕੀਤਾ ਗਿਆ ਕਿ ਸਾਡੀ ਸਰਕਾਰ ਬਣੀ ਤਾਂ ਅਸੀਂ 300 ਤੋਂ ਵਧਾ ਕੇ 400 ਯੂਨਟ ਬਿਜਲੀ ਮਾਫ ਕਰਾਂਗੇ ਅਤੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਲੁਭਾਵਨੀ ਵਾਅਦੇ ਕੀਤੇ ਗਏ। ਅਤੇ ਅਜੇ ਸੱਤਾਧਾਰੀ ਕਾਂਗਰਸ ਦੀ ਵਾਰੀ ਬਾਕੀ ਹੈ ਅੱਜ ਦੇ ਪੰਜਾਬ ਦੇ ਹਰ ਸਿਆਸੀ ਆਗੂ ਨੂੰ ਪੰਜਾਬ ਦੇ ਸਿਰ ਪਈ ਕਰਜ਼ੇ ਦੀ ਵੱਡੀ ਪੰਡ ਦਾ ਪਤਾ ਹੈ ਅਤੇ ਉਸ ਕਰਜ਼ੇ ਨੂੰ ਚੁਕਾਉਣ ਵਾਸਤੇ ਕਰੋੜਾਂ ਰੁਪਏਾਂ ਦੀਆਂ ਕਿਸ਼ਤਾਂ ਵੀ ਜਾਂਦੀਆਂ ਨੇ ਪਰੰਤੂ ਆਮ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਚਾਹੇ ਪੰਜਾਬ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਲੋੜਿੰਦਾ ਧਨ ਕਿੱਥੋਂ ਆ ਰਿਹਾ ਹੈ ਇਹ ਇੱਕ ਵੱਡੀ ਵਿਚਾਰਨ ਦੀ ਗੱਲ ਹੈ ਮੁੱਢਲੀਆਂ ਸਹੂਲਤਾਂ ਦੀ ਗੱਲ ਕਰੀਏ ਜਿਵੇਂ ਕਿ ਸੇਤ ਸਿੱਖਿਆ ਅਤੇ ਸੜਕੀ ਆਵਾਜਾਈ ਅਤੇ ਸਭ ਤੋਂ ਪਹਿਲਾਂ ਰੋਜ਼ਗਾਰ ਜਿਹੜਾ ਸਾਡਾ ਸਭ ਤੋਂ ਪਹਿਲਾ ਮੁੱਢਲਾ ਅਧਿਕਾਰ ਹੈ ਇਸ ਬਾਰੇ ਕੋਈ ਵੀ ਸਿਆਸੀ ਧਿਰ ਸਾਡੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਹੈ ਆਮ ਪਬਲਿਕ ਨਾਲ ਗੱਲ ਕਰੀਏ ਤਾਂ ਉਹ ਇਹਨਾਂ ਲੁਭਾਉਣੇ ਵਾਅਦਿਆਂ ਅਤੇ ਮੁਫਤ ਵਾਲੇ ਸਿਸਟਮ ਤੋਂ ਕੁਛ ਨਹੀਂ ਹਨ ਹਰ ਚੀਜ਼ ਵਸਦਾ ਇੱਕ ਭਾਗ ਤੈ ਹੋਣਾ ਚਾਹੀਦਾ ਜਿਹੜਾ ਕਿ ਮੰਗਿਆਈ ਤੋਂ ਆਮ ਆਦਮੀ ਦੀ ਅਪਰੋਚ ਵਿੱਚ ਹੋਵੇ ਅਤੇ ਮੰਗਿਆਈ ਤੋਂ ਦੂਰ ਹੋਵੇ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਚਿੰਤਨ ਕਰਨ ਦੀ ਇਸ ਤੋਂ ਪਹਿਲਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਮੁਫਤ ਖੋਰੀ ਦੇ ਸਿਸਟਮ ਵਿੱਚ ਮਿਲਣ ਵਾਲੀਆਂ ਖੈਰਾਤਾਂ ਦੀ ਆਦੀ ਹੋ ਜਾਵੇ ਤਾਂ ਜੋ ਸਾਡੇ ਕੋਲ ਪਛਤੌਣ ਦਾ ਵੀ ਮੌਕਾ ਨਾ ਰਵੇ ਧੰਨਵਾਦ